ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਪੰਜਾਬ ਗਵਰਨਮੈਂਟ ਨਾਲ ਮੀਟਿੰਗ ਸੀ ਗੰਨੇ ਦੇ ਰੇਟ ਨੂੰ ਲੈ ਕੇ, ਉਸ ਦੇ ਵਿੱਚ ਚਰਚਾ ਹੋਈ ਹੈ ਕਾਫੀ, ਔਰ ਉਸ ਚਰਚਾ ਤੋਂ ਬਾਅਦ ਜਿਹੜੀ ਸਰਕਾਰ ਵੱਲੋਂ ਗੱਲ ਆਈ ਹੈ ਕਿ ਜਿਹੜੇ ਗੰਨਾ ਮਾਹਰ ਨੇ, ਜਿਹੜੇ ਇਹਨਾਂ ਦੇ ਕੋਲ ਖੇਤੀਬਾੜੀ ਮਾਹਰ ਨੇ, ਗੰਨੇ ਦੀ ਜਿਹੜੇ ਡਾਕਟਰ ਨੇ, ਜਿਹੜੇ ਐਕਸਪਰਟ ਨੇ, ਜਿਹੜੇ ਰਿਸਰਚ ਕਰਦੇ ਨੇ, ਉਹਨਾਂ ਦੇ ਨਾਲ ਬੈਠ ਕੇ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਤੇ ਆਪਾਂ ਕੱਲ ਉਹਨਾਂ ਦੇ ਨਾਲ ਚਰਚਾ ਕਰਨੀ ਹੈ, ਔਰ ਪਰਸੋਂ ਜਿਹੜੀ ਹੈ ਉਹ ਸੀਐਮ ਸਾਹਿਬ ਪਰਸੋਂ ਤੱਕ ਬੈਠ ਕੇ ਇਹ ਤੇ ਡਿਸੀਜਨ ਲੈਣਗੇ ਜਿਹੜਾ ਰੇਟ ਬਾਰੇ। ਸੋ ਅੱਜ ਇੰਨੀ ਕੀ ਗੱਲ ਹੋਈ ਹੈ, ਇਹ ਤੋਂ ਵੱਧ ਕੋਈ ਗੱਲ ਨਹੀਂ ਹੋਈ। ਸਿਰਫ ਤੇ ਸਿਰਫ ਆਪਾਂ ਅੱਜ ਜਿਹੜੀ ਚਰਚਾ ਚੱਲੀ ਹੈ, ਉਸ ਚਰਚਾ ਦੇ ਵਿੱਚ ਇਹ ਖੁੱਲ੍ਹ ਕੇ ਆਇਆ ਕਿ ਆਪਾਂ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ ਉਹਦੇ ਮੁਤਾਬਕ ਸਾਨੂੰ ਜਿਹੜਾ ਰੇਟ ਹੈ ਉਹ ਮਿਲੇ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਸਾਡੇ ਐਕਸਪਰਟਾਂ ਦੀ ਤਸੱਲੀ ਕਰਾਓ, ਤੇ ਕੱਲ ਸਾਡੇ ਨਾਲ ਜਿਹੜੇ ਐਕਸਪਰਟ ਆ ਬੈਠਣਗੇ ਉਹ ਜਦੋਂ ਬਹਿਣਗੇ ਅਸੀਂ ਉਹਨਾਂ ਦੀ ਤਸੱਲੀ ਕਰਾ ਦੇਵਾਂਗੇ, ਤੇ ਫਿਰ ਪਰਸੋਂ ਜਿਹੜੀ ਸੀਐਮ ਸਾਹਿਬ ਵੱਲੋਂ ਜੋ ਰੇਟ ਹੈਗਾ ਅਨਾਉਂਸ ਕੀਤਾ ਜਾਏਗਾ। ਮੀਟਿੰਗ ਤੋਂ ਬਾਅਦ ਅੰਦੋਲਨ ਜਾਰੀ ਰਹੇਗਾ, ਅੰਦੋਲਨ ਜਿਹੜਾ ਹੈ ਉਹ ਤਦ ਤੱਕ ਜਾਰੀ ਰਹੇਗਾ ਬਿਲਕੁਲ, ਜਿਹੜਾ ਰੇਲਵੇ ਟਰੈਕ ਵੀ ਬੰਦ ਰਹੇਗਾ ਤਾਂ ਜਿਹੜਾ ਹਾਈਵੇ ਉਹ ਵੀ ਬੰਦ ਰਹੇਗਾ। ਸੋ ਇਹ ਬੇਨਤੀਆਂ ਨੇ, ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਇਸ ਅੰਦੋਲਨ ਨੂੰ ਤਕੜਾ ਕਰਨ ਦੇ ਵਿੱਚ ਪੂਰਾ ਸਾਥ ਦਿਓ, ਔਰ ਸਾਰੇ ਸਾਥੀ ਉੱਥੇ ਪੂਰੀ ਸ਼ਮੂਲੀਅਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਨ ਸਾਹਿਬ, ਅੱਜ ਗੱਲਬਾਤ ਹੋਈ ਹੈ ਸਰਕਾਰ ਦੇ ਨਾਲ, ਕਾਫੀ ਲੰਬੀ ਚਰਚਾ ਹੋਈ ਹੈ, ਔਰ ਸਰਕਾਰ ਨੇ ਕਿਹਾ ਕੱਲ੍ਹ ਫਿਰ ਇੱਕ ਮੀਟਿੰਗ ਜਲੰਧਰ 'ਚ ਹੋਏਗੀ, ਉਸ ਮੀਟਿੰਗ ਤੋਂ ਬਾਅਦ ਚੀਫ ਮਿਨਿਸਟਰ ਬੁਲਾ ਕੇ ਕੀ ਫੈਸਲਾ ਕਰਦੇ ਨੇ ਉਹਦੇ ਮੁਤਾਬਕ ਅਗਲਾ ਕਦਮ ਚੁੱਕਿਆ ਜਾਏਗਾ। ਫਿਲਹਾਲ ਐਜੀਟੇਸ਼ਨ ਪਹਿਲਾਂ ਵਾਂਗ ਜਾਰੀ ਰਹੇਗੀ। ਡੱਲਿਆਲ ਸਾਹਿਬ, ਦੇਖੋ ਜਿਹੜੀ ਅੱਜ ਮੀਟਿੰਗ ਹੋਈ ਆ, ਅੱਜ ਮੀਟਿੰਗ ਦੇ ਵਿੱਚ ਕੋਈ ਬਹੁਤਾ ਰਿਜ਼ਲਟ ਨਹੀਂ ਨਿਕਲਿਆ, ਕਿਉਂਕਿ ਸਾਡੀ ਮੰਗ ਆ ਜਿਹੜੀ ਉਹ ਇਹ ਆ ਕਿ ਕਿਸਾਨਾਂ ਦਾ ਜਿਹੜਾ ਲਾਗਤ ਖਰਚਾ ਆਉਂਦਾ ਹੈ, ਲਾਗਤ ਖਰਚੇ ਮੁਤਾਬਕ ਵੀ ਜੇਕਰ ਕਿਸਾਨ ਨੂੰ ਉਹਦੇ ਗੰਨੇ ਦਾ ਭਾਅ ਨਹੀਂ ਮਿਲਦਾ ਤਾਂ ਇਹਦਾ ਮਤਲਬ ਆਪਣੇ ਆਪ ਸਰਕਾਰ ਕਿਸਾਨ ਨੂੰ ਮਰਨ ਲਈ ਛੱਡਦੀ ਹੈ। ਇਹਦੇ 'ਤੇ ਸਟੈਂਡ ਕੀਤੇ ਰਹੇ ਹਾਂ ਅਸੀਂ, ਅੱਜ ਸਾਰੀ ਦਿਹਾੜੀ ਬਹਿਸ ਹੋਈ ਹੈ, ਔਰ ਉੱਥੇ ਲਾਗਤ ਖਰਚੇ 'ਤੇ ਆ ਕੇ ਜਿਹੜਾ ਸਰਕਾਰ ਲਾਗਤ ਖਰਚੇ ਵਿਖਾਉਂਦੀ ਹੈ ਉਹ ਬੜੇ ਘੱਟ ਵਿਖਾਉਂਦੀ ਹੈ, ਅਤੇ ਜਿਹੜੇ ਲਾਗਤ ਐਕਚੁਅਲੀ ਖਰਚੇ ਆਉਂਦੇ ਹੈ ਉਹ ਬਹੁਤ ਜ਼ਿਆਦਾ ਨੇ। ਉਹਦੇ 'ਤੇ ਕੱਲ੍ਹ ਨੂੰ ਵਿਚਾਰ ਚਰਚਾ ਹੋਣੀ ਹੈ, ਤਸੱਲੀ ਕਰਾਵਾਂਗੇ ਕਿ ਲਾਗਤ ਖਰਚੇ ਕਿਸਾਨ ਦੇ ਕੀ ਹੈ, ਉਸ ਤੋਂ ਬਾਅਦ ਫਿਰ ਮਤਲਬ ਉਹਨਾਂ ਦੇ ਕੋਲੋਂ ਲਾਗਤ ਖਰਚੇ ਅਨੁਸਾਰ ਫਸਲ ਦਾ ਭਾਅ ਲੈਣ ਦੀ ਗੱਲ ਅੱਗੇ ਹੋਏਗੀ, ਔਰ ਉਹ ਅਗਲੀਆਂ ਮੀਟਿੰਗਾਂ ਦੇ ਵਿੱਚ ਉਹ ਲਵਾਂਗਾ।